ये आ जी ननकाणा साहब दी जिहड़ियां गलियां दे विच जिहड़ियां उह प्यार मुहब्बत दीआं कह लो वी जफ्फियां पै रहीआं हैना। ਪਿੰਡ ਕਿਹੜਾ ਸੀਗਾ ਤੁਹਾਡਾ? ਸਾਡਾ ਪਿੰਡ ਸੀ ਨਵੀਂ ਬਸੀ। ਨਵੀਂ ਬਸੀ, ਹਾਂਜੀ, ਜਿਹੜਾ ਬਿਲਕੁਲ ਮੇਰੇ ਹਿਸਾਬ ਨਾਲ ਹੁਸ਼ਿਆਰਪੁਰ ਦੇ ਬਿਲਕੁਲ ਨਾਲ ਹੀ ਪੈਂਦਾ ਨਾ ਜੀ, 2 ਮੀਲ ਦੇ ਫਾਸਲੇ ਤੇ। ਹਾਂ, ਸੋ ਉਹਦੇ ਲਾਗੇ ਲਾਗੇ 2-4 ਪਿੰਡਾਂ ਦੇ ਪਤਾ ਨਾ ਕੀ ਆ? ਮੁਰਦੇ ਦੀ ਬਸੀ, ਨਵੀਂ ਬਸੀ, ਸਤੌਰ ਸਿੱਖਾਂ ਦਾ ਪਿੰਡ ਸੀ ਜੀ, ਲਾਚੋਵਾਲ ਲਾਚੋਵਾਲ ਸਗਾ। ਉਹ ਪਿੰਡ ਦੇ ਜਿਹੜੇ ਚੌਧਰੀਆਂ ਦੇ ਕਿਸੇ ਦੇ ਨਾਮ ਪਤਾ? ਸਾਡੇ ਪਿੰਡ ਹੁੰਦਾ ਸੀ ਲੰਬੜਦਾਰ ਅਰਸ਼ਾਦ ਖਾਨ, ਹਾਂ ਉਹ ਵੀ ਪਠਾਨ ਸੀ। ਪਠਾਨ, ਉਹਦੀ ਕਾਫੀ ਜ਼ਮੀਨ ਸੀ ਉੱਥੇ। ਅੱਛਾ ਜੀ, ਲੰਬੜਦਾਰ ਉਹ ਹੀ ਸੀਗਾ। ਹਾਂ, ਉੱਥੇ ਜਿਹੜਾ ਜਲਾਇਆਂ ਦਾ ਪਿੰਡ ਸੀਗਾ, ਹਾਂ, ਪਠਾਨ ਦਾ ਪਿੰਡ ਸੀਗਾ, ਸਾਡੇ ਸਹੀ ਦਿਨ ਦਸ ਵੀ ਕਰ ਸਕੇ। ਹਾਂ, ਬਸ ਇਹ ਬਹੁਤ ਬਰਾਦਰੀ ਰਹਿੰਦੀ ਸਾਰੀ। ਅੱਛਾ ਜੀ, ਇੱਕ ਉੱਥੋਂ ਦਾ ਸੀ ਹਰੀ ਸਿੰਘ। ਹਰੀ ਸਿੰਘ, ਹਰੀ ਸਿੰਘ, ਅੱਛਾ, ਉਹਦੇ ਇੱਕ ਉਹਦਾ ਭਰਾ ਹੁੰਦਾ ਸੀ ਭੱਜਣਾ। ਹਾਂ, ਤੇ ਉਹ ਤਾਂ ਕਹਿੰਦੇ ਮਰ ਗਿਆ ਹੈਗੇ, ਪਤਾ ਨਹੀਂ ਹੈਗੇ ਕਿ ਨਹੀਂ ਹੈਗੇ ਜੀ। ਇਹਨਾਂ ਨੂੰ ਮੈਂ ਜਾਣਦਾ ਹੈਗਾ ਸਿੱਖਾਂ ਨੂੰ। ਇੱਕ ਹੁੰਦਾ ਸੀ ਗੰਗਾ ਰਾਮ, ਉਹਦੀ ਹੱਟੀ ਹੁੰਦੀ ਸੀਗੀ। ਇੱਕ ਰਲਾ ਹੁੰਦਾ ਸੀ, ਉਹਦੀ ਵੀ ਹੱਟੀ ਹੁੰਦੀ ਸੀਗੀ। ਉਹ ਆਟਾ ਵੇਚਦਾ ਸੀ ਗਲੀ ਚ, ਹੁੱਕਾ ਦਿੰਦਾ ਸੀ ਆਟਾ ਲਓ ਜੀ ਆਟਾ। ਅੱਛਾ, ਅਸੀਂ ਕਹਿੰਦੇ ਸੀ ਰਲੇ ਦਾ ਢਿੱਡ ਪਾਟਾ, ਉਹ ਸਾਨੂੰ ਠੀਮਾ ਮਾਰਦਾ ਹੁੰਦਾ ਸੀ। ਅੱਛਾ ਅੱਛਾ, ਆਪਣਾ ਜਿਹੜਾ ਦੇਸ ਆ, ਜਿਹੜੇ ਬਜ਼ੁਰਗ ਪੁਰਾਣੇ, ਕਿਉਂਕਿ ਆਪਣਾ ਜਿਹੜੀ ਜੰਮਣ ਪੋਏ ਉਹਨੂੰ ਦੇਸ ਹੀ ਸਾਦੇ ਆ ਨਾ। ਹਾਂਜੀ ਹਾਂਜੀ, ਕਿੰਨਾ ਕੁ ਯਾਦ ਆਉਂਦਾ? ਬਹੁਤ ਜ਼ਿਆਦਾ ਯਾਦ ਆਉਂਦਾ। ਮੈਂ ਤਾਂ ਕਹਿੰਦਾ ਕਿਤੇ ਮੈਨੂੰ ਪਰ ਲੱਗ ਜਾਣ ਤਾਂ ਮੈਂ ਉੜ ਕੇ ਹੀ ਚੱਲ ਜਾਵਾਂ, ਨਹੀਂ ਗੌਰਮੈਂਟ ਵੀਜ਼ਾ ਲਾਉਂਦੀ ਤਾਂ ਨਾ ਲਾਵੇ। ਹਾਂ, ਹੁਣ ਪੜ੍ਹ ਲੱਗਣੇ ਨਹੀਂ ਮੈਨੂੰ। ਜੋ ਸ਼ਖਸ ਹੈ ਅਬਦੁਲ ਰਜ਼ਾਕ, ਉੱਚੀ ਉੱਚੀ ਬੋਲ ਰਿਹਾ ਸੀਗਾ ਜੀ, ਹੁਸ਼ਿਆਰਪੁਰ ਤੋਂ ਕੌਣ ਹੈ ਜੀ? ਹੁਸ਼ਿਆਰਪੁਰ ਤੋਂ ਕੌਣ ਹੈ? ਅਸੀਂ ਸੋਚਿਆ ਵੀ ਇਹ ਸ਼ਾਇਦ ਹੁਸ਼ਿਆਰਪੁਰ ਤੋਂ ਆਏ ਨੇ। ਮਤਲਬ 2 ਸਾਲ ਪਹਿਲਾਂ ਹੈ ਨਾ ਜੀ? 3-4 ਸਾਲ ਪਹਿਲਾਂ ਦੀ ਗੱਲ ਹੈ। ਹਾਂਜੀ, ਅਤੇ ਜਦੋਂ ਇਹਨਾਂ ਨੂੰ ਦੱਸਿਆ ਵੀ ਇਹ ਹੁਸ਼ਿਆਰਪੁਰ ਤੋਂ ਆਇਆ, ਇਹਨਾਂ ਨੇ ਸਾਨੂੰ ਜੱਫੀ ਪਾ ਲਈ ਤਾਂ ਛੱਡੀ ਨਹੀਂ। ਮੇਰਾ ਖਿਆਲ ਆ 5 ਮਿੰਟ ਜੱਫੀ ਪਾ ਛੱਡੀ, ਅਤੇ ਇੰਨੀ ਠੰਡ ਪਈ ਨਾ ਇਹਨਾਂ ਦੇ ਅਤੇ ਸਾਡੇ ਵੀ। ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਮੈਂ ਤੁਹਾਡਾ ਆਪਣਾ ਹਰਜੀਤ ਸਿੰਘ ਜੜਿਆਲਾ। ਅਤੇ ਦੋਸਤੋ, ਅਸੀਂ ਅੱਜ ਖੜ੍ਹੇ ਹਾਂ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਦੇ ਬਿਲਕੁਲ ਬਾਹਰ, ਅਤੇ ਇੱਥੇ ਸਾਨੂੰ ਇੱਕ ਬਜ਼ੁਰਗ ਮਿਲੇ ਨੇ ਜਿਹੜੇ ਕਿ ਦੱਸਿਆ ਉਹਨਾਂ ਨੇ ਵੀ ਅਸੀਂ ਹੁਸ਼ਿਆਰਪੁਰ ਤੋਂ 47 ਦੇ ਟਾਈਮ ਉੱਜੜ ਕੇ ਅਸੀਂ ਇੱਧਰ ਆਏ ਹਾਂ, ਅਤੇ ਕੁਦਰਤੀ ਆ ਵੀ ਜਿਹੜਾ ਹੁਸ਼ਿਆਰਪੁਰ ਨੂੰ ਹੁਸ਼ਿਆਰਪੁਰੀ ਨੂੰ ਹੁਸ਼ਿਆਰਪੁਰੀ ਦੇ ਨਾਲ ਇਹਦਾ ਖਿੱਚ ਆ, ਇੱਕ ਜਦੋਂ ਕੋਈ ਬੰਦਾ ਨਾਂ ਲੈਂਦਾ ਉਹਨੂੰ ਖਿੱਚ ਆ ਨਾ। ਬਜ਼ੁਰਗਾਂ ਨਾਲ ਵੀ ਕਰਦੇ ਹਾਂ ਜੀ, 1947 ਦੀਆਂ ਜਿਹੜੀਆਂ ਯਾਦਾਂ ਇਹਨਾਂ ਦੀਆਂ ਆਪਣੇ ਪਿੰਡ ਨਾਲ ਜੁੜੀਆਂ ਹੋਈਆਂ ਨੇ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਹਾਂ। ਹਾਂਜੀ ਬਾਬਾ ਜੀ, ਸਲਾਮ ਜੀ। ਵਾਲਿਕ ਸਲਾਮ ਜੀ। ਹੋਰ ਸੁਣਾਓ, ਸਿਹਤਾਂ ਤਬੀਤਾਂ? ਕੱਲ੍ਹ ਰੱਖਣ ਖਰੀਏ, ਠੀਕ ਆ, ਵਧੀਆ, ਬਹੁਤ ਵਧੀਆ। ਅੱਛਾ, ਨਾਂ ਦੱਸਿਓ ਸਾਰਿਆਂ ਤੋਂ ਪਹਿਲਾਂ। ਮੇਰਾ ਨਾਂ ਹੈਗਾ ਸੈਯਦ ਅਬਦੁਲ ਰਜ਼ਾਕ ਸ਼ਾਹ। ਅੱਛਾ, ਅਸੀਂ ਰਹਿੰਦੇ ਡਿਜਕੋਟ, ਫੈਸਲਾਬਾਦ ਤੋਂ 25 ਮੀਲ ਦੇ ਫਾਸਲੇ ਦੇ ਵਾਲੇ ਕਸਬਾ ਡਿਜਕੋਟ ਆ ਜੀ, ਉੱਥੇ ਸਾਡੀ ਰਹਾਇਸ਼ ਹੈਗੀ ਆ। ਅੱਛਾ ਜੀ, ਅਸੀਂ ਆਏ ਇੰਡੀਆ ਦੇ ਵਿੱਚੋਂ ਆਏ ਹਾਂ, ਤਾਂ ਇੰਡੀਆ ਦੇ ਵਿੱਚ ਨਾ ਉਦੋਂ ਮੈਂ ਨਿਕਾ ਜਿਹਾ ਹੁੰਦਾ ਸੀ, ਤਾਂ ਮੇਰਾ ਦਿਲ ਬਹੁਤ ਕਰਦਾ ਜਾ ਕੇ ਦੇਖਣ ਨੂੰ ਗਲੀਆਂ। ਪਿੰਡ ਕਿਹੜਾ ਸੀਗਾ ਤੁਹਾਡਾ? ਸਾਡਾ ਪਿੰਡ ਸੀ ਨਵੀਂ ਬਸੀ। ਨਵੀਂ ਬਸੀ, ਹਾਂਜੀ, ਜਿਹੜਾ ਬਿਲਕੁਲ ਮੇਰੇ ਹਿਸਾਬ ਨਾਲ ਹੁਸ਼ਿਆਰਪੁਰ ਦੇ ਬਿਲਕੁਲ ਨਾਲ ਹੀ ਪੈਂਦਾ ਨਾ ਜੀ, 2 ਮੀਲ ਦੇ ਫਾਸਲੇ ਤੇ। ਹਾਂ, ਜਿਹੜਾ ਦਸੂਏ ਨੂੰ ਸੜਕ ਜਾਂਦੀ ਉਸ ਰੋਡ ਦੇ ਲਾਗੇ। ਹਾਂਜੀ, ਅੱਛਾ ਜੀ, ਸਤੌਰ ਨੂੰ ਵੀ ਉਹੀ ਜਾਂਦੀ ਆ, ਮਸੀਹਪੁਰ ਕੋਟ ਨੂੰ ਵੀ ਜਾਂਦੀ ਆ ਜੀ, ਦਾਰਾਪੁਰ ਧਰਮਕੋਟ ਨੂੰ ਵੀ ਜਾਂਦੀ ਆ। ਉੱਥੇ ਇੱਕ ਹੁੰਦਾ ਸੀ, ਦੂਸਰਾ ਕੀ ਨਾ ਹੈਗਾ ਪਿੰਡ ਸੀਗਾ, ਸਕੂਲ ਸੀ ਉੱਥੇ ਪੜ੍ਹਦੇ ਹੁੰਦੇ ਸੀ ਅਸੀਂ, ਉਹ ਮੈਨੂੰ ਨਾਂ ਭੁੱਲ ਗਿਆ। ਅੱਛਾ, ਪਹਿਲਾਂ ਤਾਂ ਇਹ ਦੱਸੋ ਉਹਦੇ ਲਾਗੇ ਲਾਗੇ 2-4 ਪਿੰਡਾਂ ਦੇ ਪਤਾ ਨਾ ਕੀ ਆ? ਮੁਰਦੇ ਦੀ ਬਸੀ, ਨਵੀਂ ਬਸੀ, ਸਤੌਰ ਸਿੱਖਾਂ ਦਾ ਪਿੰਡ ਸੀ, ਲਾਚੋਵਾਲ ਲਾਚੋਵਾਲ ਸੀਗਾ, ਅਤੇ ਰਸੂਲਪੁਰ ਕੱਕੋਂ ਸੀ, ਭਾਗੋਵਾਲ ਸੀ, ਦਸੂਹਾ ਸੀ, ਮੁਖੇਰੀਆਂ ਸੀ, ਸ਼ਾਮ ਚਿਆਸੀ ਸੀ, ਬੁੱਲੋਵਾਲ ਸੀ, ਇਹ ਸਾਰੇ ਪਿੰਡਾਂ ਦੇ ਨਾਮ ਇਹ ਲਾਗੇ ਲਾਗੇ ਸੀਗੇ ਨਾ। ਹਾਂਜੀ, ਅੱਛਾ, ਉਮਰ ਕਿੰਨੀ ਕੁ ਸੀਗੀ ਉਦੋਂ? ਉਦੋਂ ਮੇਰੀ 6-7 ਸਾਲ ਦੀ ਹੋਣੀ ਹੈ। ਹੋਸ਼ ਆ ਉੱਥੇ ਦੇ ਜਦੋਂ ਉੱਜੜ ਕੇ ਆਏ ਆ? ਸਾਰਾ ਕੁਛ ਨਕਸ਼ਾ ਯਾਦ, ਮੇਰਾ ਤਾਂ ਇੰਨਾ ਦਿਲ ਕਰਦਾ ਕਿ ਜੇ ਮੈਂ ਕਹਿੰਦਾ ਉੜ ਕੇ ਚੱਲ ਜਾਵਾਂ। ਓ ਵਾਹ ਜੀ, ਵਾਹ ਵਾਹ। ਹਾਂਜੀ, ਅੱਛਾ ਅੱਛਾ, ਜਿਹੜੇ ਪਿੰਡ ਦੇ ਵਿੱਚ ਸੀਗੇ ਤੁਹਾਡੇ ਬਜ਼ੁਰਗ ਸੀਗੇ ਹੈ ਨਾ, ਜਾਂ ਉੱਥੇ ਦੇ ਚੌਧਰੀ ਸੀ, ਉਹ ਨਾਂ ਪਤਾ ਕਿਹੜੇ ਕਿਹੜੇ ਸੀਗੇ? ਕਿਉਂਕਿ ਅਸੀਂ ਉੱਧਰੋਂ ਆਏ ਹੁਸ਼ਿਆਰਪੁਰੋਂ, ਸਾਨੂੰ ਪਤਾ ਨਹੀਂ ਉਹ ਪਿੰਡ ਦੇ ਕਿਹੜੇ ਚੌਧਰੀ ਸੀ, ਤਾਂ ਬਸੀਆਂ ਤਕਰੀਬਨ ਦੱਸ ਦਿਆ ਵੀ ਉਹ ਪਠਾਣਾ ਦੀਆਂ ਸੀਗੀਆਂ ਨਾ? 10-12 ਬਸੀਆਂ ਸੀ। ਹਾਂਜੀ, 12 ਬਸੀਆਂ ਸਾਰੀਆਂ ਪਠਾਣਾ ਦੀਆਂ, ਪਠਾਣ ਸਾਰੇ। ਉਹ ਪਿੰਡ ਦੇ ਜਿਹੜੇ ਚੌਧਰੀਆਂ ਦੇ ਕਿਸੇ ਦੇ ਨਾਂ ਪਤਾ? ਸਾਡੇ ਪਿੰਡ ਹੁੰਦਾ ਸੀ ਲੰਬੜਦਾਰ ਅਰਸ਼ਾਦ ਖਾਨ, ਹਾਂ ਉਹ ਵੀ ਪਠਾਣ ਸੀ। ਪਠਾਣ, ਉਹਦੀ ਕਾਫੀ ਜ਼ਮੀਨ ਸੀ ਉੱਥੇ। ਅੱਛਾ ਜੀ, ਲੰਬੜਦਾਰ ਉਹ ਹੀ ਸੀਗਾ। ਹਾਂ, ਉੱਥੇ ਜਿਹੜਾ ਜਲਾਇਆਂ ਦਾ ਪਿੰਡ ਸੀਗਾ, ਹਾਂ, ਪਠਾਣ ਦਾ ਪਿੰਡ ਸੀਗਾ, ਸਾਡੇ ਸਹੀ ਦਿਨ ਦਸ ਵੀ ਕਰ ਸਕੇ। ਹਾਂ, ਬਸ ਇਹ ਬਹੁਤ ਬਰਾਦਰੀ ਰਹਿੰਦੀ ਸਾਰੀ। ਅੱਛਾ ਜੀ, ਹਾਂਜੀ, ਮਤਲਬ ਉੱਥੇ ਰਹਿਣੀ ਸਹਿਣੀ ਕਿੱਦਾਂ ਵਧੀਆ ਸੀਗਾ ਉਹਨਾਂ ਦੇ ਨਾਲ? ਬਹੁਤ ਵਧੀਆ ਸੀ, ਖੇਡਦੇ ਇਕੱਠੇ ਹੁੰਦੇ, ਵਿੱਚ ਹਿੱਸੇ ਕਿਤੇ ਵਿੱਚ ਅਸੀਂ ਖੇਡਦੇ ਸੀ ਸਕੂਲੇ, ਵੈਸੇ ਜਾਣਾ ਭਰਾਵਾਂ ਦੇ ਨਾਲ, ਪੜ੍ਹਦਾ ਨਹੀਂ ਸੀ ਮੈਂ ਹੁੰਦਾ ਹਾਲੇ, ਛੋਟਾ ਸੀ ਨਾ, ਉੱਦਾਂ ਫਿਰ ਤੁਰ ਕੇ ਆਉਣਾ, ਉੱਥੇ ਜਾ ਕੇ ਪੜ੍ਹ ਕੇ ਆਉਣਾ। ਅੱਛਾ, ਜਿਹੜੇ ਉੱਥੇ ਪਿੰਡ ਬਸੀ ਦੇ ਸੀਗੇ ਨਾ, ਨਵੀਂ ਬਸੀ ਦੇ,
जिहड़े तुहाडे कोई परिवार दे परिवार मतलब प्यार मुहब्बत वाले बंदे जिहड़े सीगे है ना जां कोई तुहाडे हम उम्र कोई न्याणे दा किसी दा नाम नूं पता पता ना होता जी एक खत्म था सी हरी सिंह हरी सिंह हरी सिंह अच्छा उधर पर एक उधर पर आंधी जी पजना हाँ ते उधर कहने मर गया है कि पता नहीं है कि नहीं है कि जी इन्होंने मैं जानता हूँ क्या सिखानो एक होता थी गंगा राम उधर हट्टे होते थे अच्छा ही वो तो सी लेते होते थे खाने वाली चीज़ा उसे खीरो कहते थे खीरो गुड़ के नाल बनाई होती वो लैके आते गंगा राम वो तो मेरा ख्याल सुने मर गया ਉਹਦੇ ਮੁੰਡੇ ਦਾ ਕਿਹਾ ਮੈਨੂੰ ਨਾਂ ਨਹੀਂ ਆਉਂਦਾ ਵੀ ਕੀ ਹੈਗਾ ਕੀ ਨਹੀਂ ਹੈਗਾ ਉਦੋਂ ਗੰਗਾ ਰਾਮ ਦੇ ਇੱਕ ਤੇਲੂ ਹੁੰਦਾ ਸੀ ਉਹਦੀ ਵੀ ਹੱਟੀ ਹੁੰਦੀ ਸੀ ਇੱਕ ਤੇਲੂ ਸੀ ਗੰਗਾ ਰਾਮ ਸੀ ਤੇਲੂ ਸੀ ਤੇਲੂ ਦੀ ਵੀ ਹੱਟੀ ਸੀਗੀ ਇੱਕ ਰਲਾ ਹੁੰਦਾ ਸੀ ਉਹਦੀ ਵੀ ਹੱਟੀ ਹੁੰਦੀ ਸੀਗੀ ਉਹ ਆਟਾ ਵੇਚਦਾ ਹੁੰਦਾ ਸੀ ਗਲੀ 'ਚ ਹੁੱਕਾ ਜਾਂਦਾ ਸੀ ਆਟਾ ਲਓ ਜੀ ਆਟਾ ਅਸੀਂ ਕਹਿੰਦੇ ਸੀ ਰਲੇ ਦਾ ਢਿੱਡ ਪਾਟਾ ਠੀਮਾ ਮਾਰਦਾ ਹੁੰਦਾ ਸੀ ਅੱਛਾ ਹਾਂਜੀ ਸੁਗਲਾ ਕਰ ਦਿੰਦੇ ਸੀ ਉਹਦੇ ਨਾਲ ਅੱਛਾ ਹਾਂਜੀ ਅੱਛਾ ਆਪਣਾ ਜਿਹੜਾ ਦੇਸ ਆ ਜਿਹੜੇ ਬਜ਼ੁਰਗ ਪੁਰਾਣੇ ਕਿਉਂਕਿ ਆਪਣਾ ਜਿਹੜੀ ਜੰਮਣ ਪੋਏ ਉਹਨੂੰ ਦੇਸ ਹੀ ਸਾਦੇ ਆ ਨਾ ਹਾਂਜੀ ਹਾਂਜੀ ਕਿੰਨਾ ਕੁ ਯਾਦ ਆਉਂਦਾ ਬਹੁਤ ਜ਼ਿਆਦਾ ਯਾਦ ਆਉਂਦਾ ਮੈਂ ਤਾਂ ਕਹਿੰਦਾ ਕਿਤੇ ਮੈਨੂੰ ਪਰ ਲੱਗ ਜਾਣ ਤਾਂ ਮੈਂ ਉੜ ਕੇ ਹੀ ਚੱਲ ਜਾਵਾਂ ਨਹੀਂ ਗੌਰਮੈਂਟ ਵੀਜ਼ਾ ਲਾਉਂਦੀ ਜਾਂ ਨਾ ਲਾਵੇ ਹਾਂ ਹੁਣ ਪਰ ਲੱਗਣੇ ਨਹੀਂ ਮੈਨੂੰ ਅੱਛਾ ਜਦੋਂ ਤੁਸੀਂ ਉੱਧਰੋਂ ਆਏ ਆ ਉੱਜੜ ਕੇ ਨਾ ਜੀ ਪਰਿਵਾਰ ਦੇ ਤੁਹਾਡੇ ਜਿਹੜੇ ਆ ਕੋਈ ਪਰਿਵਾਰ ਦਾ ਉੱਧਰ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਅੱਛਾ ਜੀ ਜਿਹੜਾ ਸਮਾਨ ਲੈਣ ਦਾ ਥੋੜ੍ਹਾ ਬਹੁਤ ਚਣੇ ਬਣਾ ਕੇ ਰੱਖੇ ਜੀ ਕੋਲ ਰੋਟੀਆਂ ਕਿੱਥੋਂ ਮਿਲਣੀਆਂ ਸੀਗੀਆਂ ਬਾਕੀ ਸਮਾਨ ਸਾਡੇ ਕੋਠਾ ਨਵਾਂ ਸੀ ਬਣਾਉਣ ਲੱਗੇ ਸੀ ਇੱਟਾਂ ਲਿਆਉਂਦੀਆਂ ਸੀਗੀਆਂ ਨਲਕਾ ਪਿਆ ਸੀ ਗਾਡਰ ਲਿਆ ਕੇ ਰੱਖੇ ਸੀਗੇ ਉਹ ਸਾਰਾ ਸਮਾਨ ਉੱਥੇ ਰਹਿ ਗਿਆ ਅੱਛਾ ਉੱਥੇ ਕੋਠੀ ਭਰੀ ਸੀ ਦਾਣਿਆਂ ਦੀ ਉਹ ਵੀ ਉੱਥੇ ਰਹਿ ਗਈ ਮਤਲਬ ਖਾਲੀ ਹੱਥ ਹੀ ਆਏ ਉੱਥੋਂ ਨਾ ਖਾਲੀ ਹੱਥ ਬਸ ਬਿਲਕੁਲ ਜੀ ਦੇਖੋ ਜਿਹੜੇ ਬਾਬਾ ਜੀ ਇਧਰੋਂ ਵੀ ਗਏ ਆ ਸਿੱਖ ਹਿੰਦੂ ਜਿਹੜੇ ਉਹ ਵੀ ਖਾਲੀ ਹੱਥੇ ਗਏ ਆ ਇਦਾਂ ਹੀ ਗਏ ਆ ਜਿਹੜੇ ਉਧਰੋਂ ਤੁਸੀਂ ਆਏ ਆ ਉਹ ਵੀ ਖਾਲੀ ਹੱਥੇ ਆਏ ਨਾ ਹਾਂਜੀ ਇਦਾਂ ਸਮਾਨ ਸਾਰਾ ਇਕੱਠਾ ਕਰ ਲਿਆ ਸੀ ਗਵਰਨਮੈਂਟ ਨੇ ਅੱਛਾ ਜੀ ਮੁੜ ਕੇ ਨਿਲਾਮੀ ਕੀਤੀ ਸੀ ਉਹਦੀ ਇਦਾਂ ਉਧਰ ਕੀਤਾ ਹੋਣਾ ਤੇ ਕੈਂਪ ਕਿੱਥੇ ਹੁਸ਼ਿਆਰਪੁਰ ਲੱਗਾ ਸੀ ਤੁਹਾਡਾ ਨਹੀਂ ਕੈਂਪ ਸਾਰ ਸੀ ਕੈਂਪ 'ਚ ਨਹੀਂ ਗਏ ਅਸੀਂ ਸਿਰਫ ਸਾਡਾ ਮਕਾਨ ਸੀ ਕਮਾਲਪੁਰ ਉੱਥੇ ਸਾਨੂੰ ਮਾਂ ਬਾਪ ਨੇ ਭੇਜਤਾ ਸੀ ਨਿੱਕੇ ਸਾਰੇ ਬੱਚੇ ਨਿੱਕੇ ਨਿੱਕੇ ਸੀ ਸਾਰੇ ਭਾਈ ਅੰਬੀਆਂ ਸਾਡੇ ਅੱਬਾ ਜੀ ਅੰਬੀ ਸਾਡੀ ਤਾਂ ਅੱਬਾ ਜੀ ਉੱਥੇ ਪਿੰਡ ਰਿਹਾ ਸੀ ਉਹ ਸਮਾਨ ਸਮੂਨ ਕਹਿੰਦੇ ਕਿ ਸ਼ਾਇਦ ਚੱਕੇ ਕਿ ਨਾ ਚੱਕੇ ਲੇਕਿਨ ਨਹੀਂ ਚੱਕ ਪਿਆ ਸਮਾਨ ਮੱਝ ਸੀਗੀ ਮੱਝ ਸਿੱਖ ਆ ਗਿਆ ਉਹ ਕਹਿੰਦੇ ਸ਼ਾਹ ਜੀ ਮੱਝ ਵੇਚ ਲਓ ਅੱਬਾ ਜੀ ਕਹਿੰਦੇ ਵੇਚ ਨਹੀਂ ਕਿ ਤੁਸੀਂ ਉੱਦਾਂ ਰੱਖ ਲਓ ਨਹੀਂ ਤੁਸੀਂ ਵੇਚੋ ਦੱਸੋ ਕਿੰਨੇ ਪੈਸੇ ਲਓ ਕਹਿੰਦੇ ਜਿੰਨੇ ਮਰਜ਼ੀ ਦੇ ਦਿਓ ਉਹ ਕਹਿੰਦੇ ਨਹੀਂ ਦੱਸੋ ਸਹੀ ਉਹਨੇ 20 ਰੁਪਏ ਫੜਾਏ ਅੱਬਾ ਜੀ ਨੇ ਫੜ ਲਏ ਕਹਿੰਦੇ ਠੀਕ ਆ ਕਹਿੰਦੇ ਹੋਰ ਤਾਂ ਚਾਹੀਦੇ ਮੈਂ ਉਹ ਕਹਿੰਦੇ ਨਹੀਂ ਫਿਰ ਕਹਿੰਦੇ ਸਾਨੂੰ ਰਸੀਦ ਕਰਕੇ ਦਿਓ ਫਿਰ ਰਸੀਦ ਕਰਵਾਈ ਉਹਨਾਂ ਨੇ ਉਹ ਰਸੀਦ ਤਾਂ ਕਰਾਈ ਉਹਨਾਂ ਨੇ ਪੈਸੇ ਮੁੱਲ ਲਈ ਆ ਹਕੂਮਤ ਨੇ ਪੁੱਛਿਆ ਸੀ ਵੀ ਚੀਜ਼ਾਂ ਕਿੱਥੋਂ ਲਈਆਂ ਜੀ 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 ਇਸ ਕਰਕੇ ਰਸੀਦ ਕਰਾ ਦੀ ਅੱਛਾ ਠੀਕ ਆ ਤੇ ਮੰਨ ਲਓ ਸਹੀ ਸਲਾਮਤ ਆ ਗਏ ਕੋਈ ਪਰਿਵਾਰ ਦਾ ਜੀ ਨੁਕਸਾਨ ਨਹੀਂ ਹੋਇਆ ਨਾ ਕੋਈ ਨੁਕਸਾਨ ਨਹੀਂ ਚਲੋ ਮਾਲਕ ਦੀ ਕਿਰਪਾ ਰਹੀ ਹੈ ਨਾ ਟ੍ਰੇਨ ਤੇ ਅਸੀਂ ਆ ਗਏ ਹਾਂਜੀ ਅੱਛਾ ਜਿੱਦਾਂ ਦੱਸ ਦਿਓ ਵੀ ਜੰਮਣ ਭੋ ਭੁੱਲਦੀ ਨਹੀਂ ਤੁਸੀਂ ਕਹਿੰਦੇ ਮੇਰੇ ਪੜ ਲੱਗ ਕੇ ਉੜ ਕੇ ਚੱਲ ਜਾ ਨਾ ਕਦੀ ਆਪਣਾ ਬਣਾਇਆ ਨਹੀਂ ਕਿਤੇ ਜਿਹੜੀ ਹਕੂਮਤ ਇੰਡੀਆ ਦੀ ਹਕੂਮਤ ਨੂੰ ਕਿਹਾ ਹੋਵੇ ਜਾ ਕੇ ਅੰਬੈਸੀ ਨੂੰ ਵੀ ਯਾਰ ਮੈਨੂੰ ਵੀਜ਼ਾ ਦਿਓ ਮੈਂ ਜਾਣਾ ਮੈਂ ਹੁਣ ਪਾਸਪੋਰਟ ਬਣਾਇਆ ਜੀ ਵੀਜ਼ੇ ਦੇ ਕਾਗਜ਼ਾਤ ਬਣ ਗਏ ਸਾਰੇ ਉਹਦੇ ਹੁਣ ਉਹ ਜਮ੍ਹਾਂ ਕਰਾਉਣੇ ਹੈਗੇ ਆ ਜੀ 10-15 ਦਿਨ ਤੋਂ ਬਾਅਦ ਜਮ੍ਹਾਂ ਕਰਾਉਣੇ ਆ ਅੱਛਾ ਜੀ ਜੇ ਤਾਂ ਗੌਰਮੈਂਟ ਦੇ ਦੇਵੇ ਵੀਜ਼ਾ ਬੜੀ ਮਿਹਰਬਾਨੀ ਉਹਨਾਂ ਦੀ ਹੈਗੀ ਆ ਜੇ ਨਾ ਦੇਵੇ ਤਾਂ ਉਹਨਾਂ ਦੀ ਮਰਜ਼ੀ ਹੈਗੀ ਹੁਣ ਮੈਂ ਕੀ ਕਰ ਸਕਦਾ ਜੀ ਹਾਂ ਦੇਣ ਤਾਂ ਮੈਨੂੰ ਬੜੀ ਖੁਸ਼ੀ ਹੋਣੀ ਬੜਾ ਚਾਅ ਹੋਣਾ ਮੈਂ ਤਾਂ ਉਹਨਾਂ ਨੂੰ ਸੀਸਾਂ ਫੇ ਦੇਣੀ ਆ ਅੱਛਾ ਜੀ ਅੱਛਾ ਤੁਹਾਡਾ ਪਿੰਡ ਦੁਬਾਰਾ ਦੱਸਿਓ ਇੱਧਰ ਕਿਹੜਾ ਜੀ ਇੱਧਰ ਅਸੀਂ ਡਿਜਕੋਟ ਫੈਸਲਾਬਾਦ ਤੋਂ 25 ਮੀਲ ਦੇ ਫਾਸਲੇ ਪਾਸ ਕਸਬਾ ਡਿਜਕੋਟ ਹੈ ਬੜਾ ਮਸ਼ਹੂਰ ਆ ਅੱਛਾ ਜੀ ਡਿਜਕੋਟ ਕਸਬਾ ਅੱਡੇ ਦੇ ਵਿੱਚ ਹੀ ਸਾਡਾ ਘਰ ਹੈਗਾ ਅੱਡੇ ਤੋਂ ਬੱਸ ਉਤਰੋ ਜਿਹੜਾ ਜਿਹਨੂੰ ਮਰਜ਼ੀ ਪੁੱਛ ਲਾ ਦਰਦਾਕਸ਼ਾ ਦਾ ਘਰ ਕਿਹੜਾ ਤਾਂ ਤੁਹਾਨੂੰ ਦੱਸ ਦੇਣਗੇ ਅੱਛਾ ਹੁਣ ਇੱਥੇ ਨਨਕਾਣਾ ਸਾਹਿਬ ਆਏ ਹੈ ਨਾ ਜੀ ਹਾਂਜੀ ਮਤਲਬ ਸਿਰਫ ਕਿਹਨਾਂ ਨੂੰ ਮਿਲਣ ਆਏ ਆ ਇੱਥੇ ਮੈਂ ਇੱਥੇ ਆਪਣੇ ਜਿਹੜੇ ਇਲਾਕੇ ਦੇ ਇਲਾਕੇ ਦੇ ਲੋਕ ਹੈਗੇ ਨੇ ਉਹਨਾਂ ਨੂੰ ਜਿਹੜੇ ਹੁਸ਼ਿਆਰਪੁਰੀ ਆ ਹੁਸ਼ਿਆਰਪੁਰ ਦੇ ਜਿਹੜੇ ਹੈਗੇ ਜ਼ਿਲ੍ਹੇ ਦੇ ਜੀ ਇਹ ਸਾਡੇ ਤੋਂ ਦੂਰ ਵੀ ਹੈਗੇ ਆ ਅਤੇ ਸਾਡੇ ਕੋਲ ਵੀ ਸੀਗਾ ਉਹ ਤਾਂ ਹੁਣ ਨਹੀਂ ਆਏ ਇਹ ਪਰਵਿੰਦਰ ਸਿੰਘ ਆਏ ਆ ਅੱਛਾ ਜੀ ਇਹ ਬੁੱਲੋਵਾਲ ਦੇ ਹੈਗੇ ਆ ਇਹਨਾਂ ਨਾਲ ਬੜੀ ਮੁਹੱਬਤ ਹੈਗੀ ਆ 2-3 ਸਾਲ ਹੋ ਗਏ ਇਹਨਾਂ ਨੂੰ ਮਿਲਾ ਕੇ ਹੁੰਦੇ ਨੂੰ ਜੀ ਹਰ ਮੇਰੇ ਤਾਂ ਮੈਨੂੰ 12 ਸਾਲ ਹੋ ਗਏ ਮੈਨੂੰ ਆਉਂਦੇ ਨੂੰ ਅੱਛਾ ਜੀ 12 ਸਾਲ ਤੋਂ ਬਾਅਦ 2 ਸਾਲ ਹੋ ਕੇ 2 ਸਾਲ ਹੀ ਹੋਏ ਇਹਨਾਂ ਨੂੰ ਮਿਲਿਆ ਨੂੰ ਹੁਣ ਤਾਂ ਇਹਨਾਂ ਨਾਲ ਗੱਲ ਚੱਲਦੀ ਰਹਿੰਦੀ ਮਤਲਬ ਉਦਾਂ ਵੀ ਮੋਹ ਪੈ ਗਿਆ ਹੈ ਹਾਂ ਅਤੇ ਠੰਡ ਪੈਂਦੀ ਜਦੋਂ ਗੱਲਾਂ ਕਰਦੇ ਟੈਲੀਫੋਨ 'ਤੇ ਕਦੀ ਇਹ ਕਰ ਦਿੰਦੇ ਕਦੀ ਮੈਂ ਕਰ ਦਿੰਦਾ ਗੱਲਾਂ ਬਾਤ ਦਿੱਲੀ ਪੜਾਸ ਕੱਢ ਲਈ ਦੀ ਹੈ ਜੀ ਜੀ ਅੱਛਾ ਦੂਜੀ ਗੱਲ ਆ ਜੀ ਜਿਹੜਾ ਬਾਬਾ ਜੀ ਦੱਸਦੇ ਆ ਜਿਹੜਾ ਇੱਕ ਬਾਬਾ ਕਰਸ਼ੀਦ ਹੁਸ਼ਿਆਰਪੁਰੀਆ ਹੋਇਆ ਆਦੋਵਾਲ ਗੜੀ ਦਾ ਹਾਂਜੀ ਹੈ ਨਾ ਜੀ ਹਾਂਜੀ ਪਿੰਡ ਸੀ ਉਹਨਾਂ ਦਾ ਚੱਕ ਕੰਬੋਆਂ ਪਤਾ ਨਹੀਂ ਤੇ ਸਾਡੇ ਕੋਲ ਹੀ ਸੀ ਤੁਹਾਡੇ ਨਾਲ ਆਉਂਦਾ ਰਿਹਾ ਉਹ ਜਿਹੜਾ ਕਹਿੰਦੇ ਮੇਰਾ ਬਾਗ ਸੀ 12 ਹਾਂ ਹਾਂਜੀ ਹਾਂਜੀ ਉਹ ਮਰ ਗਿਆ ਉਹ ਮਰ ਗਿਆ ਜੀ ਤੇ ਦੋਸਤੋ ਬੜਾ ਅਸੀਂ ਮਤਲਬ ਅਫਸੋਸ ਨਾਲ ਦੱਸ ਰਹੇ ਹਾਂ ਵੀ ਅਸੀਂ ਵੀ ਕੁਛ ਕੋਸ਼ਿਸ਼ ਕੀਤੀ ਸੀ ਵੀ ਯਾਰ ਉਹਨਾਂ ਨੂੰ ਜ਼ਰੂਰ ਮਿਲੀਏ ਕਿਉਂਕਿ ਹੁਸ਼ਿਆਰਪੁਰ ਦਾ ਉਹਨਾਂ ਨੇ ਜਿਹੜਾ ਮਾਣ ਆ ਉੱਚਾ ਕੀਤਾ ਸੀਗਾ ਹੈ ਨਾ ਇੱਦਾਂ ਹੀ ਆ ਜੀ ਇੱਦਾਂ ਹੀ ਜਿਹੜੇ ਨਾਲ ਆਏ ਕੀ ਨਾਂ ਸੀ ਉਹਨਾਂ ਦਾ ਜੀ ਜਿਹੜੇ ਉੱਥੋਂ ਮਿਲਣ ਆਏ ਆ ਹਾਂਜੀ
परमिंदर सिंह बुलोवाल तो है ना जी, बुलोवाल तो। अच्छा जी, आओ जरा। हाँ जी, सत श्री अकाल जी। सत श्री अकाल जी। अच्छा, कितों आए हैं पहला तो दसो। मैं पिंड मेरा बुलोवाल है जी, जिला हुशियारपुर है, हुशियारपुर टांडा मार्ग के उत्ते 16 किलोमीटर के सेंटर के बच्चे आया जी। असी गुरु साहब दी खुशियां लैन आए हैं, पंजा साहब, ननकाणा साहब, तो लाहौर के गुरुद्वारे साहब देखने लई। देखो जी, असी इतने जो जा रहे थे ननकाणा साहब के बिल्कुल गेट के मोहरे, तो बाबा जी असं जफ्फिया पैंदियां देखिया, तो यही क्या पता नहीं ता करके बाबा जी ने दसिया भी मेरा पिंड जिहड़ा उधर है ना। अच्छा, बाबा जी ने किदां तुहाडा मतलब आस विच संपर्क आ? हाँ जी, राबता किदां होया? असीं 3 साल पहले गुरु साहब जी का दर्शन करन आए सके जी, तो जदों असीं बाहर मार्केट वालों जा रहे थे को खरीदो फरोख्त करन, क्योंकि कपड़ा बहुत वधिया इत्थे दा, इन्हां दा स्टाइल फैशन अलग है। ये ननकाणा साहब जां सब मान लो ਬਈ ਮੁਹੰਮਦਨ ਜੋ ਹੈ, ਸਾਡੀਆਂ ਬੀਬੀਆਂ ਉਹ ਕੱਪੜਿਆਂ ਨੂੰ ਬਹੁਤ ਪਸੰਦ ਕਰਦੀਆਂ, ਲਾਈਕ ਕਰਦੀਆਂ। ਪਹਿਲੇ ਅਸੀਂ 1-2 ਸੂਟ ਲੈ ਕੇ ਗਏ, ਫਿਰ 2-2 ਸਾਰਿਆਂ ਲਈ ਲੈ ਕੇ ਗਏ, ਅਤੇ ਇਹ ਜੋ ਸ਼ਖਸ ਹੈ ਅਬਦੁਲ ਰਜ਼ਾਕ, ਉੱਚੀ ਉੱਚੀ ਬੋਲ ਰਿਹਾ ਸੀਗਾ ਜੀ, ਹੁਸ਼ਿਆਰਪੁਰ ਤੋਂ ਕੌਣ ਹੈ ਜੀ, ਹੁਸ਼ਿਆਰਪੁਰ ਤੋਂ ਕੌਣ ਹੈ? ਅਸੀਂ ਸੋਚਿਆ ਵੀ ਇਹ ਸ਼ਾਇਦ ਹੁਸ਼ਿਆਰਪੁਰ ਤੋਂ ਆਏ ਨੇ। 2 ਸਾਲ ਪਹਿਲਾਂ ਹੈ ਨਾ ਜੀ? 3-4 ਸਾਲ ਪਹਿਲਾਂ ਦੀ ਗੱਲ ਹੈ। ਹਾਂਜੀ, ਅਤੇ ਜਦੋਂ ਨੂੰ ਦੱਸਿਆ ਵੀ ਇਹ ਹੁਸ਼ਿਆਰਪੁਰ ਤੋਂ ਹੈ, ਇਹਨਾਂ ਨੇ ਸਾਨੂੰ ਜੱਫੀ ਪਾ ਲਈ ਤਾਂ ਛੱਡੀ ਨਹੀਂ, ਮੇਰਾ ਖਿਆਲ ਆ 5 ਮਿੰਟ ਜੱਫੀ ਪਾ ਛੱਡੀ, ਅਤੇ ਇੰਨੀ ਠੰਡ ਪਈ ਨਾ ਇਹਨਾਂ ਦੇ, ਅਤੇ ਸਾਡੇ ਵੀ ਤੁਹਾਡੇ ਉਹ ਤੋਂ ਜ਼ਿਆਦਾ ਪੈ ਗਈ, ਮੇਰੇ ਤਾਂ ਬਹੁਤ ਵਧੀਆ ਪਈ ਠੰਡ। ਹਾਂਜੀ, ਬਹੁਤ ਜ਼ਿਆਦਾ ਠੰਡ ਪਈ। ਹਾਂਜੀ, ਅੱਛਾ ਜੀ, ਠੀਕ ਆ। ਅਤੇ ਹੁਣ ਮੰਨ ਲਓ ਦੁਬਾਰਾ ਇਹ ਤੁਹਾਨੂੰ ਇੱਥੇ ਮਿਲਣ ਆਇਆ ਨਾ ਜੀ? ਜਦੋਂ ਭਾਰਤ ਸਰਕਾਰ ਸਾਡੇ 'ਤੇ ਖੁਸ਼ ਹੁੰਦੀ ਹੈ, ਸਾਨੂੰ ਵੀਜ਼ਾ ਲਾ ਕੇ ਦਿੰਦੀ ਹੈ, ਫਿਰ ਉਹਨਾਂ ਦੀ ਦੁਆ ਸਦਕਾ ਇਹੀ ਹੈ, ਵੀਜ਼ਾ ਸਾਨੂੰ ਦਿੰਦੇ ਆ, ਅਸੀਂ ਫਿਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ। ਇਸੇ ਹੀ ਬਹਾਨੇ ਅਬਦੁਲ ਰਜ਼ਾਕ ਜੀ ਦੇ ਸਾਨੂੰ ਦਰਸ਼ਨ ਹੋ ਜਾਂਦੇ ਆ, ਸਾਡਾ ਹੋਰ ਖੂਨ ਵੱਧ ਜਾਂਦਾ ਇਹਨਾਂ ਦਾ ਬਹੁਤ ਵੱਧਦਾ ਜੀ। ਮਤਲਬ ਐਤਕੀ ਤਕਰੀਬਨ ਕਹਿ ਲਈਏ ਵੀ ਤੁਹਾਨੂੰ ਮਿਲਣੇ ਹੀ ਆਏ ਇੱਥੇ, ਹੈ ਨਾ? ਹਰ ਸਾਲ ਹੀ ਇਹਨਾਂ ਨਾਲ ਸਾਡਾ ਰਾਬਤਾ ਹੋ ਜਾਂਦਾ, ਇਹਨਾਂ ਨੂੰ ਅਸੀਂ ਦੱਸਦੇ ਹਾਂ ਵੀ 1 ਤਰੀਕ ਨੂੰ ਆਉਣਾ ਅਸੀਂ ਜੀ, ਅਤੇ ਇਹਨਾਂ ਦਾ ਇਹ ਟਾਈਮ ਦੇ ਦਿੰਦੇ ਵੀ ਅਸੀਂ 1 ਤਰੀਕ ਨੂੰ 9 ਵਜੇ ਗੁਰਦੁਆਰਾ ਸਾਹਿਬ ਦੇ ਮੇਨ ਗੇਟ 'ਤੇ ਮਿਲਾਂਗੇ, ਕਿਉਂਕਿ ਇਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੋਣ ਦੀ ਇਜਾਜ਼ਤ ਨਹੀਂ ਹੈ ਫਿਲਹਾਲ, ਜਿਸ ਦਿਨ ਇਹ ਫੰਕਸ਼ਨ ਹੁੰਦਾ ਅੱਗੋਂ ਪੁੱਛੋਗੇ ਗੁਰਦੁਆਰਾ ਸਾਹਿਬ ਨਤਮਸਤਕ ਹੋ ਸਕਦੇ ਨੇ, ਲੇਕਿਨ ਇਹ ਸੇਫਟੀ ਵਜੋਂ ਕਰਕੇ ਇਹਨਾਂ ਨੂੰ ਮੁਹੰਮਦਨ ਜੋ ਹੈ ਜਾਂ ਇੱਧਰਲੇ ਲੋਕ ਹੈ ਉਹਨਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਮਿਲਦੀ। ਚਲੋ ਠੀਕ ਆ ਜੀ, ਤਾਂ ਸਾਡੀ ਵੀਡੀਓ ਬਣਾਉਣ ਦਾ ਵੀ ਇੱਕੋ ਹੀ ਮਕਸਦ ਆ, ਅੱਗੇ ਵੀ ਆਪਾਂ ਗੱਲ ਕਰਦੇ ਹੁੰਦੇ ਵੀ ਜੋ 47 ਤੋਂ ਪਹਿਲਾਂ ਦਾ ਪਿਆਰ ਇਤਫਾਕ ਸੀ ਕਿੱਦਾਂ ਦਾ ਸੀਗਾ, ਅਤੇ ਉਹ ਜਿਹੜੀਆਂ ਚੀਜ਼ਾਂ ਆ ਅਸੀਂ ਇੱਥੇ ਨਨਕਾਣਾ ਸਾਹਿਬ ਆ ਕੇ ਦੇਖ ਰਹੇ ਹਾਂ। ਜਿੱਦਾਂ ਜ਼ਿਲ੍ਹੇ ਆ ਹੁਸ਼ਿਆਰਪੁਰੀ ਹੈ, ਉਹ ਆਸ ਵਿੱਚ ਕਿੰਨਾ ਆਪਸ ਵਿੱਚ ਮੋਹਤ ਇਹ ਆ। ਹਾਂਜੀ, ਅਤੇ ਬਾਬਾ ਜੀ ਦੱਸਦੇ ਆ ਵੀ ਮੈਂ ਇਹਨਾਂ ਨੇ ਆਉਣਾ ਆ ਨਾ ਜੀ, ਸ਼ਾਇਦ ਵੀ ਜੇ ਇਹਨਾਂ ਦਾ ਵੀਜ਼ਾ ਕਿਤੇ ਲੱਗ ਜਾਵੇ ਗੌਰਮੈਂਟ ਦੇ ਦੇਵੇ, ਹੈ ਨਾ? ਅਤੇ ਨੰਬਰ ਦੱਸ ਦਿਓ ਵੀ, ਨੰਬਰ ਕਿੰਨਾ ਬਾਬਾ ਜੀ? 0306-400-0058। ਅੱਛਾ ਜੀ, ਇੱਕ ਵਾਰ ਦੁਬਾਰਾ 0306-400-0058। ਠੀਕ ਆ ਜੀ, ਅਤੇ ਚਲੋ ਬਾਬਾ ਜੀ, ਬਹੁਤ ਬਹੁਤ ਧੰਨਵਾਦ, ਅਤੇ ਕਿਉਂਕਿ ਬਾਬਾ ਜੀ ਵੀ ਇੱਥੋਂ ਨਾ ਬਹੁਤ ਦੂਰੋਂ ਆਏ ਨੇ ਆਪਣੇ ਪਰਿਵਾਰ ਦੇ ਨਾਲ, ਅਤੇ ਇਹਨਾਂ ਨੇ ਵੀ ਜਾਣਾ ਇੱਥੋਂ ਤਕਰੀਬਨ ਹਨੇਰਾ ਹੋਣ ਲੱਗਾ ਨਾ ਜੀ। ਹਾਂ, ਅਤੇ ਗਾਂਹ ਮਿਲਦੇ ਹਾਂ ਕੋਈ ਨਵਾਂ ਬਜ਼ੁਰਗ ਲੱਭਾਂਗੇ, ਉਦੋਂ ਤੱਕ ਲਈ ਜੀ ਰੱਬ ਰੱਖਾ।